ਅੱਜ ਵੀ ਤਲਵਾਰ ਦੇ ਗੰਡਾਸੇ ਤੇ ਚੈਨੀਆਂ ਸੀਗੀਆਂ ਇਹਨਾਂ ਦੇ ਹੱਥਾਂ ਵਿੱਚ। ਇਹਨਾਂ ਨੇ ਕੁਛ ਨਹੀਂ, ਇਹ ਸਾਡੇ ਭਰਾ ਨੂੰ ਲੱਭਣ ਆਏ ਸੀ ਕਿ ਇਹਨੂੰ ਬਾਹਰ ਕੱਢ, ਕੁੜੀਆਂ ਤੇ ਨਹੀਂ ਕਰਨਾ। ਇਹ ਸਾਨੂੰ ਘਸੀਟ ਕੇ ਬਾਹਰ ਲੈ ਕੇ ਮੈਨੂੰ ਤੇ ਮੇਰੀ ਭੈਣ ਨੂੰ ਬਾਹਰ ਲੈ ਕੇ ਗਏ। ਉਹ ਕਹਿੰਦੀ ਕਿ ਜੀ ਸਾਡੇ ਘਰ ਦੇ ਅੰਦਰ ਆ ਕੇ ਕੁੱਟਿਆ ਵਾ, ਜੋ ਵੀ ਆ ਉਹਨਾਂ ਨੂੰ ਕਹਿ ਦੋ ਵੀਡੀਓ ਪ੍ਰੂਫ ਕਰ ਦੇਣਗੇ ਅਸੀਂ ਘਰ ਦੇ ਅੰਦਰ ਵੜੇ ਆ, ਅਸੀਂ ਕੱਪੜੇ ਪਾੜਨ ਦੀ ਵੀਡੀਓ ਦਿਖਾ ਦੇਣ ਸਾਡੀ। ਤੁਸੀਂ ਅੰਦਰ ਨਹੀਂ ਵੜੇ? ਅੰਦਰ ਨਹੀਂ ਵੜੇ ਸਰ ਅਸੀਂ। ਤੁਸੀਂ ਕੋਈ ਪ੍ਰੂਫ ਹੀ ਨਹੀਂ ਹੈ? ਕੋਈ ਗਲੀ ਵਾਲਾ ਕਹਿ ਦੇ ਕਿ ਅਸੀਂ ਅੰਦਰ ਵੜੇ ਹਾਂ? ਕੱਪੜੇ ਫਾੜੇ ਉਹਨਾਂ ਨੇ, ਆ ਫਾੜੇ ਪੰਜ ਮੁੰਡਿਆਂ ਨੇ, ਐ ਫੜ ਕੇ ਪਹਿਲਾਂ ਮੇਰੇ ਸੀਟੀਆਂ ਸਾਰੀਆਂ ਆ ਮੇਰੇ ਮਾਰ ਕੇ ਹੋਈ ਨੇ, ਆ ਮਾਰ ਕੇ ਉਹਨੇ ਫਿਰ ਮੈਨੂੰ ਫੜ ਕੇ ਚਾਰ ਪੰਜ ਪੇੜਾਂ ਮਾਰੀਆਂ, ਉਹਨੇ ਮੇਰੇ ਪਿੱਠ ਤੇ ਤਲਵਾਰ ਮਾਰੀ, ਆ ਜਿੱਥੇ ਮੇਰੇ ਤਲਵਾਰ ਦੀਆਂ ਬਲੀਆਂ ਹੋਈਆਂ। ਪਾਨਾ ਲੈ ਕੇ ਗਿਆ, ਇੱਕ ਹੱਥ ਨਾਲ ਤਾਂ ਤਾੜੀ ਵੱਜਦੀ ਨਹੀਂ ਗੀ, ਦੋ ਹੱਥਾਂ ਨਾਲ ਤਾੜੀ, ਜੇ ਉਹਨਾਂ ਦੀ ਗਲਤੀ ਹੈ ਤਾਂ ਹੀ ਕੋਈ ਲੈ ਕੇ ਗਿਆ। ਹੁਣ ਜੇ ਤੁਸੀਂ ਉਹਨਾਂ ਨੇ ਮਾਤਾ ਦੇ ਘਰੇ ਆਣ ਕੇ ਮਾਤਾ ਨੂੰ ਕੁੱਟੋਗੇ ਮਾਰੋਗੇ ਤੇ ਭਾਈ ਤੁਹਾਨੂੰ ਕੀ ਹਾਰ ਪਾਉਣਗੇ ਉਹ ਲੋਕ, ਉਹ ਵੀ ਜੁੱਤੀਆਂ ਹੀ ਫੇਰਨਗੇ ਤੁਹਾਡੇ। ਉਹ ਜਦ ਬੁਰੀ ਤਰ੍ਹਾਂ ਸੀ, ਕਿੰਨੇ ਸਾਲਾਂ ਤੋਂ ਅਸੀਂ ਚੱਲ ਰਹੇ ਹਾਂ, ਅੱਜ ਦਮ ਘੁੱਟ ਕੇ ਮੇਰੇ ਬੱਚੇ ਦੀ ਵਾਰ ਕੀਤੀ ਹੈ, ਮੇਰੇ ਬੱਚੇ ਬਹੁਤ ਰਾਤ ਦੀ ਨੀਂਦ ਨਾ ਹੋਈ ਪਈ, ਅਸੀਂ ਡਰ ਡਰ ਕੇ ਜ਼ਿੰਦਗੀ ਕੱਟ ਰਹੇ ਹੋ, ਸ਼ਰਮ ਨੂੰ ਲੈ ਡਰਦੇ ਹੋ, ਕੋਈ ਜਵਾਬ ਨਹੀਂ ਦਿੰਦਾ, ਕੋਈ ਸਾਥ ਨਹੀਂ ਸਾਡਾ ਦੇ ਰਹੇ। ਉਹ ਚਾਰ ਪੰਜ ਜਾਨਾ ਨਹੀਂ ਹੈ ਔਰ ਉਨਕੀ ਇੱਕ ਲੜਕਾ ਥਾ, ਇਹ ਲੋਕ ਸਾਰੇ ਹੈ ਔਰ ਰਿਪੋਰਟਰ ਮੈਂ ਕਹਤੀ ਹੈ ਕਿ ਬੱਚੇ ਲੋਕ ਮੈਨੇ ਇਸੇ ਡਰਤੇ ਹੈ ਗਲੀ ਕੇ ਲੋਕ। ਜੋਤੀ ਨਾਮ ਦੀ ਕੁੜੀ ਨੇ ਤੇ ਰਜਨੀ ਨੇ ਤੇ ਉਹਦੀ ਮਾਂ ਨੇ ਤੇ ਉਹਦੇ ਭਰਾ ਨੇ ਮੈਨੂੰ ਫੜ ਕੇ ਹੱਥੋਂ ਪਾਈ ਕੁੱਟਣ ਮਾਰ ਕਰਨ ਲੱਗੇ, ਮੈਨੂੰ ਗਲੀ ਵਾਲਿਆਂ ਨੇ ਛੁਡਾਇਆ। ਆਹ ਦੇਖੋ ਸਰ ਮੇਰੇ ਕੀ ਹਾਲ ਕੀਤਾ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ, ਲੁਧਿਆਣਾ ਸ਼ਹਿਰ ਦੇ ਵਿੱਚ ਛੋਟੀ ਉਮਰਾਂ ਦੇ ਨੌਜਵਾਨ ਜਿਹੜੇ ਨੇ ਉਹ ਵੀ ਅੱਜ ਨੂੰ ਦਾਤ ਤੇ ਗੰਡਾਸੀਆਂ ਚੱਕਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ, ਲੇਕਿਨ ਇਹ ਲੜਾਈ ਕਿਸ ਬੇਸ ਤੋਂ ਹੋਈ ਵੀ ਤੁਹਾਨੂੰ ਦੱਸਾਂਗੇ। ਲੇਕਿਨ ਆਖਿਰ ਕਾਨੂੰਨ ਦੀ ਪਰਵਾਹ ਨਾ ਕਿਤੇ ਬਗੈਰੇ ਹੁੱਲੜਬਾਜ਼ ਕਿੰਨੀ ਹੁੱਲੜਬਾਜ਼ੀ ਕਰਦੇ ਆ ਤੇ ਦਾਤ ਤੇ ਗੰਡਾਸੀ ਐਵੇਂ ਹੱਥਾਂ ਫੜੀਆਂ ਹੋਈਆਂ ਜਿਹਦਾ ਟ੍ਰੈਂਡ ਹੋਵੇ ਤੇ ਮਾਰਨ ਵਕਤ ਵੀ ਨਹੀਂ ਸੋਚਦੇ ਕਿ ਆਖਿਰ ਕਿਸ ਦੇ ਪਰਿਵਾਰ ਦਾ ਜੀ ਚਲਾ ਜਾਊਗਾ। ਲੇਕਿਨ ਉਹ ਮਾਂ ਬੇਟੀਆਂ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਦੇ ਹਾਂ ਕਿ ਹੋਇਆ ਕੀ ਸੀਗਾ ਪੂਰਾ ਮਾਮਲਾ ਤੇ ਇਹਨਾਂ ਦੇ ਹੱਥ ਵਿੱਚ ਕੀ ਸੀਗਾ। ਇਹਨਾਂ ਦੇ ਵਿੱਚ ਤਲਵਾਰ ਦੇ ਗੰਡਾਸੇ ਤੇ ਚੈਨੀਆਂ ਸੀਗੀਆਂ ਇਹਨਾਂ ਦੇ ਹੱਥਾਂ ਵਿੱਚ। ਇਹਨਾਂ ਨੇ ਕੁਛ ਨਹੀਂ, ਇਹ ਸਾਡੇ ਭਰਾ ਨੂੰ ਲੱਭਣ ਆਏ ਸੀ ਕਿ ਇਹਨੂੰ ਬਾਹਰ ਕੱਢ, ਕੁੜੀਆਂ ਤੇ ਨਹੀਂ ਕਰਨਾ। ਇਹ ਸਾਨੂੰ ਘਸੀਟ ਕੇ ਬਾਹਰ ਲੈ ਕੇ ਮੈਨੂੰ ਤੇ ਮੇਰੀ ਭੈਣ ਨੂੰ ਬਾਹਰ ਲੈ ਕੇ ਗਏ। ਅਸੀਂ ਕਿਹਾ ਜੀ ਅਸੀਂ ਕੁਛ ਨਹੀਂ, ਅਸੀਂ ਨਹੀਂ ਲੜਨਾ, ਤੇ ਜਾਓ। ਪੰਜ ਦਸ ਮੁੰਡੇ ਆਏ ਸਾਨੂੰ, ਇੱਥੇ ਪਹਿਲਾਂ ਤਾਂ ਮੁੰਡਾ ਚਲਾ ਗਿਆ, ਕੁਛ ਨਹੀਂ ਉਹਨੇ ਕਿਹਾ। ਉਹਨੇ ਦੌੜ ਕੇ ਆਇਆ, ਉਹਨੇ ਮੇਰੇ ਐਂ ਫੜ ਕੇ, ਆ ਪੰਜ ਮੁੰਡਿਆਂ ਨੇ ਐਂ ਫੜ ਕੇ ਪਹਿਲਾਂ ਮੇਰੇ ਘਸੀਟੀਆਂ ਸਾਰੀਆਂ ਆ ਮੇਰੇ ਮਾਰੀਆਂ ਹੋਈਆਂ, ਆ ਮਾਰ ਕੇ ਉਹਨੇ ਫਿਰ ਮੈਨੂੰ ਫੜ ਕੇ ਚਾਰ ਪੰਜ ਪੇੜਾਂ ਮਾਰੀਆਂ, ਉੱਥੋਂ ਦਿਨ ਮੇਰੇ ਪਿੱਠ ਤੇ ਤਲਵਾਰ ਮਾਰੀ, ਆ ਜ਼ਖਮ ਮੇਰੇ ਤਲਵਾਰ ਦੀਆਂ ਬਣੀਆਂ ਹੋਈਆਂ। ਉਹ ਤੋਂ ਬਾਅਦ ਮੇਰੀ ਮੰਮੀ ਨੂੰ ਘਸੀਟਿਆ, ਬੜੀ ਗੰਦੀਆਂ ਗਿੱਦੇ ਕਾਲਾ, ਫਿਰ ਮੇਰੀਆਂ ਭੈਣਾਂ ਨੂੰ ਵੀ ਕੁੱਟਿਆ, ਨੇ ਰੋੜੇ ਬੱਤੇ ਵੀ ਮਾਰੇ ਆ ਤੇ ਤਲਵਾਰਾਂ ਇਹਨਾਂ ਤੇ ਭੈਣਾਂ ਤੇ ਵੀ ਚੱਲੀਆਂ ਨੇ। ਪੁਲਿਸ ਅਜੇ ਕੁਛ ਨਹੀਂ ਕਰਦੀ, ਕੁਛ ਨਹੀਂ ਕੀਤਾ ਸਾਡੇ ਨਾਲ। ਤੇ ਪੁਲਿਸ ਇਹ ਵੀਰਵਾਰ ਦੀ ਵਾਰਦਾਤ ਤਾਂ ਚੁੰਕੀ ਲੱਗੀ ਹੈਗੀ ਹੈ ਤੇ ਕੋਈ ਕਾਰਵਾਈ ਨਹੀਂ? ਹਾਂਜੀ ਕਰਕੇ ਆਏ ਸੀ ਅਸੀਂ, 2:30 ਵਜੇ ਅਸੀਂ ਉੱਥੇ ਕਰਕੇ ਆਏ, ਕੰਪਲੇਂਟ ਸਾਡੀ ਕੋਈ ਹੋਈ ਨਹੀਂ। ਫੜ ਕੇ ਘਰ ਕਰਾਂਗੇ ਜੇ ਕੁਛ। ਸੂਟ ਬਾਹਰ ਫਾੜਿਆ, ਚਾਰ ਮੁੰਡੇ ਨੇ ਫੜ ਕੇ ਮੇਰੇ ਮੇਰੇ ਦੇ ਇੱਥੇ ਡਾਂਗ ਮਾਰੀ, ਤਲਵਾਰ ਮਾਰੀ ਹੈ ਇੱਥੇ। ਆ ਦੇਖੋ ਜਦ ਬੁਰੀ ਤਰ੍ਹਾਂ ਸੀ, ਕਿੰਨੇ ਸਾਲਾਂ ਤੋਂ ਅਸੀਂ ਚੱਲ ਰਹੇ ਹਾਂ, ਅੱਜ ਦਮ ਘੁੱਟ ਕੇ ਮੇਰੇ ਬੱਚੇ ਦੀ ਵਾਰ ਕੀਤੀ ਹੈ, ਮੇਰੇ ਬੱਚੇ ਬਹੁਤ ਰਾਤ ਦੀ ਨੀਂਦ ਨਾ ਹੋਈ ਪਈ, ਅਸੀਂ ਡਰ ਡਰ ਕੇ ਜ਼ਿੰਦਗੀ ਕੱਟ ਰਹੇ ਹੋ, ਸ਼ਰਮ ਨੂੰ ਡਰ ਰਹੇ ਹੋ, ਕੋਈ ਜਵਾਬ ਨਹੀਂ ਦਿੰਦਾ, ਕੋਈ ਸਾਥ ਨਹੀਂ ਸਾਡਾ ਦੇ ਰਹੇ। ਇਸ ਕਰਕੇ ਕੱਲੀ ਜਵਾਬ ਮੈਂ ਕਿ ਮਰੂੰਗੀ ਮਰੂੰਗੀ, ਹੁਣ ਮੈਂ ਮੀਡੀਆ ਤੇ ਜਾ ਕੇ ਗੱਲ ਕਰੂੰਗੀ। ਹਾਂ ਮਾਰੀਆਂ ਸਾਡੇ ਤੇ ਪਰਚਾ ਕਰਾਨ ਆਪ ਚਲੇ ਗਏ, ਇਹ ਕੁਛ ਨਹੀਂ, ਪਿੱਛੋਂ ਦੀ ਮੁੰਡੇ ਨੇ ਕਿੰਨਾ ਹਮਲਾ ਕੀਤਾ, ਫਿਰ ਸਾਨੂੰ ਸਿਵਲ ਹਸਪਤਾਲ ਚ ਕਹਿੰਦੇ ਕਾਦਾ ਪਰਚਾ ਕਰਾਨ ਆਏ ਨੇ, ਤੁਸੀਂ ਕਿੱਥੇ ਜਾਗੇ ਬਈ, ਤੁਸੀਂ ਕਿੱਦਾਂ ਪਰਚਾ ਕਰਾ, ਉੱਥੇ ਸਾਡਾ ਕੁਝ ਵੀ ਨਹੀਂ ਹੋਇਆ, ਫਿਰ ਅਸੀਂ ਘਰ ਆਏ ਆ, ਹਸਪੀਟਲ ਸਾਨੂੰ ਧਮਕੀਆਂ ਦਿੰਦੇ ਕਿ ਬਈ ਇਹਨਾਂ ਨੂੰ ਇੱਥੇ ਵੜਦਾ, ਕਹਿੰਦਾ ਅੱਜ ਦੀ ਰਾਤ ਹੀ ਨੇ ਇਹ, ਇਹਦਾ ਭਰਾ ਮੈਡੀਕਲ ਨਹੀਂ ਕਰਾਇਆ, ਕਰਾਇਆ ਹੋਇਆ, ਉਹਦਾ ਵੀ ਕੋਈ ਐਕਸ਼ਨ ਨੇ, ਸਾਡੇ ਕੋਲ ਪਰਚੇ ਪਏ ਨੇ, ਮੈਡੀਕਲ ਹੋਈ ਦੋ ਹੋਏ ਆ, ਹਾਂਜੀ ਦੋਨਾਂ ਦੇ ਹੋਏ, ਸੁਣਵਾਈ ਸਾਡੀ ਨਹੀਂ ਹੋਈ। ਕਿਉਂ ਵਜ੍ਹਾ ਕੀ ਹੈ, ਸੁਣਵਾਈ ਕਿਉਂ ਨਹੀਂ? ਮੈਂ ਤੁਹਾਨੂੰ ਪਤਾ, ਇਹਨਾਂ ਤੋਂ ਡਰਦੇ ਹੋਣੇ ਆ,
ਇਹਨਾਂ ਤੋਂ ਡਰਦੇ ਹੋਣੇ ਤਾਂ ਕਰਕੇ ਸਾਡੀ ਸੁਣਵਾਈ ਨਹੀਂ ਹੈ ਤੇ ਸਾਰੀ ਗਲੀ ਮਹੱਲਾ ਡਰਦਾ ਇਹਦੇ ਤੋਂ। ਸਾਡੇ ਕੁੜੀਆਂ ਦਿਨ ਦਿਹਾੜੇ ਗੁੰਡਾਗਰਦੀ ਹੋ ਰਹੀ ਹੈ, ਮਾਰ ਪਟਾਈ ਹੋ ਰਹੀ ਹੈ, ਘਸੀਟ ਕੇ ਮੇਰਾ ਸੂਟ ਮੁੰਡਿਆਂ ਨੇ ਫਾੜਿਆ, ਚਾਰ ਮੁੰਡਿਆਂ ਨੇ ਮਤਲਬ ਕਿ ਮੇਰਾ ਸੂਟ ਫਾੜਿਆ ਉੱਥੇ ਘਰ ਦੇ ਵਿੱਚ ਦਾਖਲ ਵੀ ਹੋਏ। ਹਾਂਜੀ ਅੰਦਰ ਵੜ ਕੇ ਇਧਰੋਂ ਬਾਹਰ ਮੈਂ ਘਸੀਟ ਕੇ ਬਾਹਰ ਲੈ ਗਈ ਹਾਂ, ਸਾਰੇ ਨੂੰ ਸਾਰੇ ਨੇ ਫੜ ਕੇ ਮੇਰਾ ਸੂਟ ਉਧਰੋਂ ਫਾੜਿਆ, ਸਾਰਿਆਂ ਨੇ ਮਿਲਣਾ ਇੱਥੇ ਮਾਰੀਆਂ। ਪਹਿਲਾਂ ਤਾਂ ਉਹਨਾਂ ਸਾਡੀ ਇੱਜ਼ਤ ਤੇ ਹੱਥ ਪਾਈਆਂ, ਮੁੰਡਿਆਂ ਨੇ ਜਿੱਤਾ ਤੇ ਹੱਥ ਪਾਈਆਂ, ਐ ਚਲੀਟਾਂ ਮਾਰੀਆਂ ਮੇਰੇ ਕੀ, ਬਸ ਕੱਪੜੇ ਪਾੜੇਂਗੇ ਰਾਤੇ। ਉਹਨੇ ਕੁਝ ਨਹੀਂ ਦੇਖਿਆ ਕਿੱਧਰ ਹੱਥ ਪਾ ਰਿਹਾ ਕਿੱਧਰ ਨਹੀਂ ਪਾ ਰਿਹਾ, ਉਹਨੇ ਮੁੰਡਿਆਂ ਨੇ ਸਾਰੇ ਨੇ ਇਦਾਂ ਗੰਦੀਆਂ ਗੱਡੀਆਂ ਕੱਢੀਆਂ ਨੇ, ਸਾਰੇ ਛਿੜਕਾਨੀ ਸਾਰੀ ਛਿੜਕਾਨੀ ਸਮਝ ਲਓ ਇਦਾਂ ਦਾ ਕੀਤਾ ਹੋਇਆ ਉਹਨਾਂ ਨੇ। ਕਹਿ ਨਹੀਂ ਸਕਦੇ ਜਿਹੜੇ ਸਾਡੇ ਨਾਲ ਬੀਤਿਆ, ਔਰ ਸਾਡੇ ਸੱਟਾ ਬਹੁਤ ਬੁਰੀ ਤਰ੍ਹਾਂ ਲੱਗੀ। ਮੈਨੂੰ ਕੋਈ ਵੀ ਨਹੀਂ ਦਿੰਦਾ, ਕੋਈ ਲੇਡੀ ਚੁੰਦੀ ਤਾਂ ਮੈਂ ਸੱਟਾ ਦਿਖਾ ਦਿੰਦੀ, ਤੁਸੀਂ ਮੈਂ ਉਹਨਾਂ 'ਚ ਨਹੀਂ ਦਿਖਾ ਸਕਦੇ ਕਿਤੇ ਕਿਤੇ ਸਾਡੇ ਹੱਥ ਤੱਕ ਪੇਨ ਹੋ ਰਹੀ ਹੈ, ਸਾਨੂੰ ਪਤਾ ਕਿੱਥੇ ਕਿੱਥੇ ਦਰਦਾਂ, ਇਹ ਦਰਦਾਂ ਉਹਨਾਂ ਨੂੰ ਮਿਲੀਆਂ ਹੁੰਦੀਆਂ ਫਿਰ ਦੌੜ ਭੱਜਦੇ। ਸਾਡੇ ਘਰ ਭਰਾ ਸੀ, ਅਸੀਂ ਭਰਾ ਨੂੰ ਅੰਦਰ ਕਰ ਤਾ, ਸਾਡੇ ਭਰਾ ਨੂੰ ਹੀ ਮਾਰਨ ਨੂੰ ਪਿੱਛੇ ਫਿਰਦਾ ਪਿਆ ਸੀ, ਅਸੀਂ ਭਰਾ ਨੂੰ ਕਿਹਾ ਭਰਾ ਤੂੰ ਵੀਡੀਓ ਬਣਾ, ਕੋਈ ਤੁਸੀਂ ਜਾ ਇਹ ਸਾਡੇ ਤੇ ਹੱਥ ਨਹੀਂ ਚੁੱਕਣਗੇ, ਇਹਨਾਂ ਨੇ ਫਿਰ ਵੀ ਸਾਡੇ ਤੇ ਹੱਥ ਚੁੱਕਿਆ। ਮਤਲਬ ਇੱਕ ਇੱਜ਼ਤ ਨੂੰ ਵੀ ਨਹੀਂ ਦੇਖਿਆ ਤੇ ਮਹਿਲਾ ਨੂੰ ਵੀ ਨਹੀਂ ਦੇਖਿਆ? ਨਹੀਂ ਜੀ, ਬਿਲਕੁਲ ਵੀ ਨਹੀਂ। ਉਹ ਸਾਨੂੰ ਮਾਰ ਕੇ ਗਏ ਤੇ ਗੰਦੀਆਂ ਗੰਦੀਆਂ ਗਾਲਾਂ ਸਾਨੂੰ ਕੱਢਦੇ ਪਏ ਗਲੀ ਮੁਹੱਲੇ 'ਚ, ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਗਲੀ 'ਚ। ਹਲੇ ਤਾਂ ਸੂਟ ਹੀ ਫਾਰਿਆ, ਹਲੇ ਤਾਂ ਗਾ ਕਰਕੇ ਲੈ ਜਾ ਕੇ ਸੀਟ ਕੇ ਲੈ ਜਾਵਾਂਗੇ ਬਾਹਰ ਤੁਹਾਨੂੰ। ਇਹ ਯੂਪੀ ਬਿਹਾਰ ਹੈ, ਪਤਾ ਨਹੀਂ, ਉੱਥੇ ਤੁਹਾਨੂੰ ਉਸੋਂ ਪੁੱਛੋ ਜਿਹੜਾ ਪੁਲਿਸ ਐਕਸ਼ਨ ਨਹੀਂ ਲੈਂਦੇ, ਕਹਿੰਦੇ ਹਲੇ ਤਾਂ ਲੰਗ ਸੂਟ ਹੀ ਫਾੜੇ, ਹਲੇ ਤਾਂ ਸੀਟ ਕੇ ਲਵਾਂਗੇ ਤੁਹਾਨੂੰ। ਮਤਲਬ ਉਹਨਾਂ ਨੇ ਹਜੇ ਪੁਲਿਸ ਦੇਖੀ ਨਹੀਂ ਪੰਜਾਬ ਦੀ? ਕੁਛ ਨਹੀਂ ਕਰਦੇ ਪਏ, ਆਂਦੇ ਪਏ ਜਾਂਦੇ ਪਏ, ਬਸ ਹੋਰ ਕੁਛ ਨਹੀਂ ਕਰਦੇ ਪਏ। ਇਦਾਂ ਕੁਛ ਹੋਇਆ ਹੀ ਨਹੀਂ, ਇਦਾਂ ਘੁੰਮਦੇ ਪਏ ਜਿੱਦਾਂ ਕੁਛ ਵੀ ਨਹੀਂ ਹੋਇਆ, ਨਾਰਮਲ ਹੈ ਸਭ ਕੁਛ। ਸਾਨੂੰ ਇਨਸਾਫ ਮਿਲੇ ਚਾਹੀਦਾ ਹੈ, ਹੋਰ ਕੁਛ ਨਹੀਂ। ਦਿਨ ਦਿਹਾੜੇ ਜਿਹੜਾ ਤਲਵਾਰ ਚਲਾ ਸਕਦਾ ਉਹ ਤਾਂ ਕੱਲ ਮਾਰ ਵੀ ਸਕਦਾ, ਕਿਸੇ ਹੋਰ ਨਾਲ ਵੀ ਹੋਊਗਾ। ਕੱਲ ਮੇਰੇ ਭਰਾ ਨੂੰ ਕਹਿੰਦਾ ਸਕੂਲੋਂ ਜਾਊਗਾ, ਮੈਂ ਉੱਥੇ ਚੱਕ ਕੇ ਮਾਰੂੰਗਾ ਉਹਨੂੰ। ਇਹਦੀ ਮਾਤਾ ਨੇ ਮੇਰੇ 3 ਸਾਲ ਦੇ ਬੱਚਿਆਂ ਨੂੰ ਵੀ ਧਮਕੀ ਦਿੱਤੀ, ਮੈਂ ਵੱਢ ਦੇਣਾ ਤਲਵਾਰਾਂ ਨਾਲ, ਵੱਢ ਦੇਣਾ। ਇਹ ਰੋਂਦੇ ਆਈ ਕਹਿੰਦੀ ਮੰਮੀ ਦੇਖ ਲੈ ਮੈਂ ਲਾਂਦੀ ਪਈ, ਕਹਿੰਦੀ ਤਲਵਾਰਾਂ ਨਾਲ ਵੱਢ ਦੇਣੀ ਹੈ। ਮੈਂ ਕਿ ਵੱਢ ਕਿਸੇ ਨਾਲ ਕਹਿਣ ਨਾਲ ਕੀ ਹੁੰਦਾ ਪੁੱਤ, ਕੋਈ ਗੱਲ ਨਹੀਂ ਝੱਟ ਪਰੇ ਅੱਧਾ ਤਾਂ ਦੌੜਦੀ ਆਈ, ਮੈਨੂੰ ਫੜ ਲਈ ਇਹਨੇ। ਐਲੀਗੇਸ਼ਨ ਲਗਾਏ ਸੀ ਉਸ ਮਹਿਲਾਵਾਂ ਨੇ ਕਿ ਇਸ ਘਰ ਦੇ ਬਾਹਰ ਘਰਦਿਆਂ ਨੇ ਹੱਥ ਚੱਕੇ ਤੇ ਉਸ ਤੋਂ ਬਾਅਦ ਥੱਪੜ ਥੁੱਪੜ ਮਾਰੇ, ਲੇਕਿਨ ਇਹ ਮਾਤਾ ਜੀ ਬਜ਼ੁਰਗ ਨੇ। ਮਾਤਾ ਜੀ ਇਹ ਨੇ, ਮਾਤਾ ਜੀ ਗੱਲਬਾਤ ਕਰਦੇ ਹਾਂ। ਮਾਤਾ ਜੀ ਕੀ ਨਾਮ ਹੈ ਆਪਣਾ? ਮੇਰਾ ਨਾਮ ਨੀਲਮ ਨਾਇਰ ਹੈ। ਮੇਰੇ ਤੇ ਦੂਜੀ ਵਾਰ ਇਹਨਾਂ ਨੇ ਹਮਲਾ ਕੀਤਾ। ਪਹਿਲੇ ਮੈਂ ਆਪਣੀ ਗਲੀ 'ਚ ਹੋਲੀ ਵਾਲੇ ਦਿਨ ਇਹਨਾਂ ਨੇ ਮੇਰੇ ਘਰ ਆ ਕੇ ਲੜਾਈ ਝਗੜਾ ਕੀਤਾ। ਇੱਕ ਉੱਦਣ ਮੈਂ ਆਪਣੀ ਗਲੀ 'ਚ ਆਪਣੇ ਘਰ ਬੈਠੀ ਹੋਈ ਸੀ, ਮੇਰੇ ਤਾਂ ਮੈਂ ਆਪਣੇ ਬੱਚੇ ਨਾਲ ਕਿਸੇ ਗੁਆਂਢੀਆਂ ਦੇ ਬੱਚੇ ਨਾਲ ਖੇਡ ਰਹੀ ਸੀਗੀ ਅਤੇ ਆਪਣੀ ਗਲੀ 'ਚ ਬੈਠੀ ਸੀ। ਮੈਂ ਆਪਣੇ ਬੱਚਾ ਫੜਾਉਣ ਗਈ, ਮੈਂ ਕਿਹਾ ਮੈਂ ਇਹਦੀ ਮਾਂ ਨਾਲ ਗੱਲ ਕਰਦੀ ਹਾਂ ਵੀ ਮੈਨੂੰ ਨਚਾਈਜ਼ ਗਾਲਾਂ ਕੱਢਦੀ ਹਾਂ, ਕਿਉਂ ਕੱਢੀ ਜਾਂਦੀ ਆ। ਮੈਂ ਗਈ, ਮੈਨੂੰ ਜੋਤੀ ਨਾਮ ਦੀ ਕੁੜੀ ਨੇ ਅਤੇ ਰਜਨੀ ਨੇ ਤਾਂ ਉਹਦੀ ਮਾਂ ਨੇ ਅਤੇ ਉਹਦੇ ਭਰਾ ਨੇ ਮੈਨੂੰ ਫੜ ਕੇ ਹੱਥੋਂ ਪਾਈ ਕੁੱਟਣ ਮਾਰ ਕਰਨ ਲੱਗੇ, ਮੈਨੂੰ ਗਲੀ ਵਾਲੀਆਂ ਨੇ ਛੁਡਾਇਆ। ਆਹ ਦੇਖੋ ਸਰ ਮੇਰੇ ਕੀ ਹਾਲ ਕੀਤਾ। ਉਮਰ ਕਿੰਨੀ ਤੁਹਾਡੀ? ਮੇਰੀ 62 ਸਾਲ ਦੀ ਉਮਰ ਹੈ। ਮੇਰੇ ਨਾਲ ਸਿਰਫ ਇੱਕ ਮੇਰਾ ਗਲੀ ਮੁਹੱਲੇ 'ਚ ਪਿਆਰ ਹੈ, ਮੈਂ ਹਰ ਸਭ ਦੇ ਦੁੱਖ ਸੁੱਖ 'ਚ ਖੜੀ ਹੋ ਜਾਂਦੀ ਹਾਂ। ਇਹੀ ਇਹ ਕਹਿੰਦੇ ਕਿ ਲੋਕ ਡਰਦੇ ਹੈ ਮੇਰੇ ਕੋਲੋਂ, ਕਾਹ ਤੋਂ ਲੋਕਾਂ ਨੇ ਡਰਨਾ ਜਾਂ ਇਹਨਾਂ ਕਿ ਇਹਨਾਂ ਨੇ ਕਿਸੇ ਨੇ ਇਹ ਦਿੰਦੇ ਖਾਣੀ ਆ ਮੈਂ। ਤੁਹਾਡੇ ਨਾਲ ਕੀ ਕੁੱਟਮਾਰ ਕੀਤੀ, ਕੀ ਸੀਗਾ ਇਹਨਾਂ ਦੇ ਕੋਲ, ਫਿਰ ਤੁਸੀਂ ਕਿੱਥੇ ਆਪਣਾ ਇਲਾਜ ਕਰਾਇਆ? ਸਰ ਮੈਨੂੰ ਕੁਛ ਨਹੀਂ ਪਤਾ, ਮੈਨੂੰ ਤਾਂ ਥਾਣੇ 'ਚ ਵੀ ਇਹੀ ਕਿਹਾ ਜਾ ਰਿਹਾ ਸੀ ਪਹਿਲੇ ਤੁਸੀਂ ਆਪਣਾ ਇਲਾਜ ਕਰਾਓ ਫਿਰ ਤੁਸੀਂ ਰਿਪੋਰਟ ਲਿਖਾਉਣਾ। ਮੈਂ ਕਹਿੰਦੀ ਤੁਸੀਂ ਰਿਪੋਰਟ ਲਿਖ ਲਓ ਮੇਰੀ, ਫਿਰ ਬਾਅਦ ਕੁਛ ਕਰਨਾ। ਮੈਨੂੰ ਹਾਰਟ ਦੀ ਪ੍ਰੋਬਲਮ ਹੈ, ਮੈਨੂੰ ਹਾਰਟ ਦੀ ਪ੍ਰੋਬਲਮ ਹੈ, ਮੈਂ ਇਹਨਾਂ ਨੂੰ ਸਭ ਨੂੰ ਪਤਾ। ਮੈਨੂੰ ਮੈਂ ਗਲੀ 'ਚ ਬਾਹਰ ਵੀ ਨਹੀਂ ਨਿਕਲਦੀ, ਜਦੋਂ ਆਉਂਦੀਆਂ ਜਾਂਦੀਆਂ ਟਾਂਚਬਾਜ਼ੀ ਕਰਦੀਆਂ, ਮਾਰਦੀਆਂ ਕੁੱਟਦੀਆਂ। ਇਹ ਪਤਾ ਨਹੀਂ ਮੈਨੂੰ ਇਹਨਾਂ ਨੂੰ ਪੁੱਛ ਲਓ ਕੀ ਚੱਕਰਬਾਜ਼ੀ ਹੈ, ਕਿਉਂ ਕਰਦੀਆਂ। ਇਹਦੀ ਮਾਂ ਕਹਿੰਦੀ ਮੈਂ ਸਾਲ ਤੋਂ ਅਸੀਂ ਦੁਖੀ ਹਾਂ, ਸਾਡੀ ਸਰਸਵਤੀ ਪੂਜਾ 'ਚ ਜਗਰਾਤੇ 'ਚ ਸਾਰੀ ਜਗ੍ਹਾ 'ਤੇ ਆਉਂਦੀਆਂ, ਸਭ ਕੁਛ ਕਰਦੀਆਂ, ਫਿਰ ਇਹ ਕਿਵੇਂ ਕਹਿੰਦੀਆਂ ਕਿ ਸਾਡੇ ਇਹਨਾਂ ਦੇ ਅਸੀਂ ਇਹਨਾਂ ਤੋਂ ਡਰਦੇ ਪਏ ਹਾਂ? ਕਿਸ ਗੱਲ ਨਾਲੇ ਇੱਕ ਬਦਮਾਸ਼ੀ ਦਿਖਾਉਂਦੀਆਂ, ਨਾਲੇ ਸਾਨੂੰ ਕਹਿੰਦੇ ਅਸੀਂ ਡਰਦੇ ਪਏ ਹਾਂ। ਮਾਤਾ ਜੀ ਜਿਹੜੇ ਤੁਹਾਡੇ ਇੱਕ ਵੀਡੀਓ ਉਹਨਾਂ ਨੇ ਜਿਹੜੀ ਵਾਇਰਲ ਕੀਤੀ ਜਿਹਦੇ ਵਿੱਚ ਹਥਿਆਰ ਫੜੇ ਹੋਏ ਸੀਗੇ, ਉਹ ਕਿਉਂ ਤੁਹਾਡੇ ਇਹ ਲੈ ਕੇ ਗਏ ਸੀ ਉਹਨਾਂ ਦੇ ਘਰ ਦੇ ਅੱਗੇ ਹਥਿਆਰ,
ਕੀ ਵਜ੍ਹਾ ਕੀ ਸੀ ਉਸ ਦਿਨ ਲੈ ਕੇ ਜਾਣ? ਸਰ ਮੈਂ ਹੋਸਪਿਟਲ ਸੀ, ਮੈਨੂੰ ਹੋਸਪਿਟਲ ਲੈ ਗਏ ਸੀ। ਮੇਰਾ ਮੁੰਡਾ ਪੋਤਾ ਹੈ, ਮੇਰਾ ਮੁੰਡਾ ਵੀ ਨਹੀਂ ਹੈ, ਮੇਰਾ ਪਤੀ ਵੀ ਨਹੀਂ ਹੈ, ਮੇਰਾ ਬੱਚਾ ਵੀ ਕਰਨ ਨਹੀਂ ਸੀ। ਅਗਰ ਉਸ ਟਾਈਮ ਮੇਰਾ ਬੱਚਾ ਹੁੰਦਾ ਤਾਂ ਫਿਰ ਤਾਂ ਉਸੇ ਟਾਈਮ ਕੁਛ ਨਾ ਮੇਰੇ ਬੱਚੇ ਮੈਨੂੰ ਛੁਡਾਉਂਦੇ ਹੀ, ਮੇਰੇ ਤਾਂ ਗਲੀ ਵਾਲਿਆਂ ਨੇ ਛੁਡਾ। ਕਾਸ਼ ਉਸ ਟਾਈਮ ਮੇਰੇ ਬੱਚੇ ਦੀ ਥਾਂ ਤੁਸੀਂ ਵੀ ਹੁੰਦੇ, ਜਾਂ ਤੁਸੀਂ ਹੋਰ ਕੋਈ ਭੈਣ ਭਰਾ ਕੋਈ ਮਾਂ ਦਾ ਪੁੱਤ ਹੁੰਦਾ ਉਹ ਆਪਣੀ ਮਾਂ ਦੇ ਪਿੱਛੇ ਜਾਂਦਾ ਨਾ? ਜਾਊਗਾ ਜਾਊਗਾ। ਮੈਂ ਤਾਂ ਫਿਰ ਇੱਕ ਦਾਦੀ ਇੱਕ ਸਾਲ ਦਾ ਬੱਚਾ ਪਾਲਿਆ ਸਰ, ਮੈਨੂੰ ਦੱਸਿਆ ਜਾਵੇ, ਮੈਨੂੰ ਇਨਸਾਫ ਦਿਵਾਓ ਕਿ ਇੱਕ ਸਾਲ ਦਾ ਬੱਚਾ ਮੈਂ ਪਾਲ ਕੇ ਆਪਣਾ ਪਾਲ ਪੋਸ ਕੇ ਆਪਣੀ ਮਿਹਨਤ ਨਾਲ ਇੰਨਾ ਕੀਤਾ। ਤੁਸੀਂ ਮੈਨੂੰ ਬਸ ਇੰਨਾ, ਮੇਰੇ ਜਿੰਨਾ ਦੀ ਮਾਵਾਂ ਦੇ ਪੁੱਤ ਹੈ ਜਾਂ ਪੁੱਤਾਂ ਦੀ ਮਾਵਾਂ, ਇਹ ਮੈਨੂੰ ਦੱਸ ਕਿ ਆਪਣੇ ਪੁੱਤ ਨੂੰ ਆਪਣੀ ਮਾਂ ਨੂੰ ਨਹੀਂ ਕੁੱਟਦਾ ਦੇਖੂਗਾ ਸਰ? ਇਹ ਹੁਣ ਤੁਸੀਂ ਇਨਸਾਫ ਦਵਾਓ, ਮੈਨੂੰ ਦੱਸੋ ਕਿ ਕੋਈ ਬੱਚਾ ਆਪਣੀ ਮਾਂ ਨੂੰ ਕੁੱਟਦਿਆਂ ਮਾਰਦੇ ਦੇਖਿਆ? ਜੋ ਕਿ ਇੱਕ ਮਾਂ ਸੀਰੀਅਸ ਹੋਵੇ, ਇੱਕ ਦਾਦੀ ਹੋਵੇ, ਉਹਦੇ ਮਾਂ ਪਿਓ ਨਾ ਸਿਰ 'ਤੇ ਹੋਵੇ, ਉਹਦਾ ਪਤੀ ਨਾ ਸਿਰ 'ਤੇ, ਮਿਹਨਤ ਕਰਕੇ ਰੋਜ਼ੀ ਰੋਟੀ ਖਾਂਦੀ ਹੋਵਾਂ, ਮੈਨੂੰ ਇਨਸਾਫ ਦਵਾਏ ਜਾਂ ਮੈਨੂੰ ਗਲੀ ਵਾਲਿਆਂ ਨੇ ਸਲਾਹਿਆ ਸਾਰੇ ਕੋਲ? ਗਲੀ ਵਾਲਿਆਂ ਨੂੰ ਗੰਦੀ ਗੰਦੀ ਗਾਲਾਂ ਕੱਢਦੀ ਸੀ, ਕੋਈ ਗਲੀ ਵਾਲਾ ਕਹਿੰਦੀ ਪਿੱਛੇ ਆਏਗਾ। ਤੁਸੀਂ ਮੁਹੱਲੇ ਦੇ ਹੋ, ਜਿਹੜੀ ਬਜ਼ੁਰਗ ਮਾਤਾ ਵੈ ਉਹ ਦੂਜੇ ਪੱਖ ਨੇ ਤਾਂ ਆਪਣਾ ਪੱਖ ਰੱਖਤਾ, ਲੇਕਿਨ ਇਸ ਮਾਤਾ ਨੂੰ ਇਨਸਾਫ ਕਿੱਦਾਂ ਮਿਲ ਸਕਦਾ ਵੈ? ਕਿਉਂਕਿ ਮਾਤਾ ਦੀ ਉਮਰ ਵੀ ਇੰਨੀ ਹੈ ਕਿ ਮਾਤਾ ਦੇ ਨਾਲ ਜੋ ਹਾਲਾਤ ਹੋਏ ਨੇ ਕਿਸ ਤਰ੍ਹਾਂ ਦੇਖ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਧੱਕਾ ਹੋਇਆ ਬਹੁਤ ਜ਼ਿਆਦਾ ਹੀ ਧੱਕਾ ਹੋਇਆ ਮਾਤਾ ਨਾਲ, ਅਤੇ ਇਹ ਜਿਹੜਾ ਧੱਕਾ ਹੋਇਆ ਉਹ ਕੋਈ ਹੈ, ਕੋਈ ਘਟਨਾ, ਕੋਈ ਗੱਲਬਾਤ ਹੈ ਵਿੱਚ? ਜਿਹੜੀ ਅਸਲੀ ਗੱਲ ਉਹ ਨਹੀਂ ਦੱਸੀ ਉਹਨਾਂ ਨੇ, ਤੁਸੀਂ ਵੀਡੀਓ ਰਿਕਾਰਡਿੰਗ ਕੀਤੀ ਇਹਨਾਂ ਦੀ ਲਾਈ ਖਬਰ, ਉਹਦੇ ਵਿੱਚ ਇਹੀ ਕਹਿ ਰਹੇ ਵੀ ਦੱਸੋ ਕਿਰਪਾਨਾ ਲੈ ਕੇ ਆ ਗਏ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਕਿਰਪਾਨਾ ਲੈ ਕੇ ਆਏਗਾ, ਇੱਕ ਹੱਥ ਨਾਲ ਤਾਂ ਤਾੜੀ ਵੱਜਦੀ ਨਹੀਂ ਗੀ, ਦੋ ਹੱਥਾਂ ਨਾਲ ਤਾੜੀ ਜਾ, ਉਹਨਾਂ ਦੀ ਗਲਤੀ ਹੈ ਤਾਂ ਹੀ ਕੋਈ ਲੈ ਕੇ ਗਿਆ। ਹੁਣ ਜੇ ਤੁਸੀਂ ਉਹਨਾਂ ਦੇ ਮਾਤਾ ਦੇ ਘਰੇ ਆਣ ਕੇ ਮਾਤਾ ਨੂੰ ਕੁੱਟੋਗੇ ਮਾਰੋਗੇ ਤਾਂ ਭਾਈ ਤੁਹਾਨੂੰ ਕੀ ਹਾਰ ਪਾਉਣਗੇ ਉਹ ਲੋਕ? ਉਹ ਵੀ ਜੁੱਤੀਆਂ ਹੀ ਫੇਰਨਗੇ ਤੁਹਾਡੇ। 65 ਸਾਲ ਦੀ ਮਾਤਾ ਨੂੰ ਦੱਸ ਘਰੇ ਕੁੱਟ ਕੇ ਗਈਆਂ ਚਾਰ ਪੰਜ ਜਨਾਨੀਆਂ, ਪੰਜ ਜਨਾਨੀਆਂ ਕਹਿੰਦੇ ਆ, ਚਾਰ ਪੰਜ ਜਨਾਨੀਆਂ 65 ਸਾਲ ਦੀ ਜਨਾਨੀ ਨੂੰ ਕੁੱਟ ਕੇ ਗਈਆਂ ਮਾਤਾ ਨੂੰ, ਵੀ ਉਹਨਾਂ ਨੂੰ ਪੁੱਛਣ ਵਾਲਾ ਆਵੇ ਵੀ ਤੁਸੀਂ 65 ਸਾਲ ਦੀ ਬਜ਼ੁਰਗ ਨੂੰ ਕੁੱਟਦੀਆਂ ਪਈਆਂ, ਉਹ ਦੱਸ ਇਕੱਲੀ ਕੀ ਕਰੂਗੀ 65 ਸਾਲ ਦੀ ਜਨਾਨੀ ਉਹਨਾਂ ਦੇ ਉੱਤੇ, ਮਾਤਾ ਬਜ਼ੁਰਗ? ਵੀ ਉਹਨਾਂ ਨੂੰ ਸ਼ਰਮ ਹੀ ਨਹੀਂ ਆਏਗੀ ਵਿਚਾਰ ਚੋਰਿਆਂ ਨੂੰ ਵੀ ਇਹਨਾਂ 'ਤੇ ਮਾਤਾ ਦੇ ਹੱਥ ਚੁੱਕਦੇ ਆ, ਉਹਨਾਂ 'ਤੇ ਬਣਦੀ ਕਾਰਵਾਈ ਅਸੀਂ ਜ਼ਰੂਰ, ਜਿੰਨੀ ਵੀ ਜੋ ਵੀ ਹੋਇਆ ਜੀ, ਸਾਰੀ ਜਿੰਨੀ ਵੀ ਫੌਜ ਆ ਲੁਧਿਆਣੇ ਦੇ, ਜਿੰਨੀ ਵੀ ਫੌਜ ਆ ਇਹਦੀ ਪੂਰੀ ਮਾਤਾ ਦੀ ਕਾਰਵਾਈ ਕਰਾਂਗੇ, ਅਤੇ ਪੂਰਾ ਉਹਨਾਂ 'ਤੇ ਪਰਚਾ ਜ਼ਰੂਰ ਠੋਕ ਕੇ ਪਵਾਵਾਂਗੇ, ਅਤੇ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ 'ਤੇ ਪਰਚਾ ਬੰਦ, ਕਾਰਵਾਈ ਬਣਦੀ ਚਾਹੀਦੀ ਹੈ। ਵਿਸ਼ੂ ਤੂੰ ਉੱਥੇ ਸੀਗਾ, ਤੂੰ ਮੌਕੇ 'ਤੇ ਸੀਗਾ ਨਾ ਵਿਸ਼ੂ, ਜੇ ਤੂੰ ਕੁਛ ਸਮਾਨ ਜਿਹਾ ਫੜਿਆ ਹੋਇਆ ਸੀਗਾ, ਉਸ ਤੋਂ ਪਹਿਲੇ ਕੀ ਇਹਨਾਂ ਨਾਲ ਕੀ ਕੁੱਟਮਾਰ ਕੀਤੀ ਸੀ? ਪੂਰਾ ਮਾਮਲਾ ਹੈ ਕਿਉਂਕਿ ਮਾਤਾ ਜੀ ਇੰਨਾ ਨਹੀਂ ਬਰੀਬਰੀ ਦੱਸ ਪਾ ਰਹੇ, ਸਟਾਰਟਿੰਗ ਕਿੱਦਾਂ ਹੋਈ? ਇਹਨਾਂ ਨੇ ਇੱਕ ਦਿਨ ਕਿਹਾ ਕਿ ਤੁਸੀਂ ਗਾਲਾਂ ਕਿਉਂ ਕੱਢਦੇ ਹੋ ਗਲੀ 'ਚ, ਉਹ ਸਾਡੇ ਘਰ ਆ ਗਏ ਲੜਨ ਵਾਸਤੇ ਸਵੇਰੇ ਹੋਲੀ ਵਾਲੇ ਦਿਨ ਹੀ, ਅਤੇ ਉਦਨ ਗੱਲ ਠੰਡੀ ਪੈ ਗਈ, ਚਲੋ ਭੇਜ ਤਾਂ ਗਲੀ ਵਾਲਿਆਂ ਨੇ ਕਿ ਨਾ ਲੜੋ ਹੈ ਨਾ, ਅਤੇ ਫਿਰ ਹੁਣ ਵੀਰਵਾਰ ਨੂੰ, ਵੀਰਵਾਰ ਦੀ ਗੱਲ ਹੈ, ਉਦਨ ਅਸੀਂ ਗਏ ਹੋਏ ਸੀਗੇ ਅਤੇ ਮੈਂ ਵੀ ਘਰੇ ਨਹੀਂ ਸੀ, ਫਾਦਰ ਵੀ ਘਰੇ ਨਹੀਂ ਸੀਗੇ ਅਤੇ ਇਕੱਲੇ ਸੀਗੇ ਘਰੇ, ਅਤੇ ਇਹਨਾਂ ਨੂੰ ਪਿੱਛੋਂ ਕੁਛ ਬੋਲ ਕੇ ਗਈ ਇੱਥੇ ਗਲਤ, ਅਤੇ ਕਹਿੰਦੇ ਖੜ ਜਾ ਮੈਂ ਤੇਰੀ ਮਾਂ ਨੂੰ ਦੱਸਦੀ ਹਾਂ ਘਰੇ ਜਾ ਕੇ ਕਿ ਉਹਨਾਂ ਨੂੰ ਦੱਸੂਗੀ ਜਾ ਕੇ। ਇਹ ਉੱਧਰ ਜਿਵੇਂ ਉਹਨਾਂ ਦੇ ਘਰ ਦੇ ਕੋਲ ਗਏ ਉਹਦੀ ਮੰਮੀ ਨਾਲ ਗੱਲ ਕਰਨ ਵਾਸਤੇ, ਉਹ ਚਾਰੋਂ ਪੰਜੋ ਜਣੀ ਹੱਥੇ ਪੈ ਗਈਆਂ ਇਹਨਾਂ ਦੇ, ਅਤੇ ਉਹਨਾਂ ਨੇ ਇਹਨੂੰ ਥੱਲੇ ਕਰਾ ਕੇ ਕੁੱਟਿਆ ਵਾ, ਅਤੇ ਗਲੀ ਵਾਲੇ ਸੀਗੇ ਉਦੋਂ ਗਲੀ ਵਾਲਿਆਂ ਨੇ ਛੜਾ ਛੜੂ ਦਿੱਤਾ ਵਾ। ਗੁੱਸਾ ਆਇਆ ਫਿਰ ਤੁਸੀਂ ਗਏ ਜਦੋਂ? ਫਿਰ ਮੈਂ ਸਿਵਲ ਇਹਨਾਂ ਨੂੰ, ਪਹਿਲਾਂ ਮੈਂ ਸਿਵਲ ਇੱਧਰ ਚੌਂਕੀ ਲੈ ਕੇ ਗਿਆ, ਮੈਂ ਇੱਧਰ ਆ ਕੇ ਪਹਿਲਾਂ ਲੜਾਈ ਨਹੀਂ ਕੀਤੀ, ਇਹਨਾਂ ਨੂੰ ਚੱਕਿਆ ਸਿੱਧਾ ਚੌਂਕੀ ਲੈ ਗਿਆ। ਜਦੋਂ ਚੌਂਕੀ ਲੈ ਕੇ ਜਾ ਰਿਹਾ ਗਲੀ 'ਚ ਗਾਲਾਂ ਕੱਢ ਰਹੀ ਹੈ ਸਾਨੂੰ, ਫਿਰ ਅਸੀਂ ਚੌਂਕੀ ਦਿੱਤਾ, ਅੱਗੇ ਫਾਦਰ ਆ ਗਏ, ਇਹਨਾਂ ਨੂੰ ਸਿਵਲ ਲੈ ਕੇ ਜਾਣਾ ਸੀਗਾ, ਮੇਰੇ ਕੋਲ ਐਕਟੀਵਾ ਸੀਗੀ ਅਤੇ ਉਹ ਕਾਰ 'ਚ ਲੈ ਕੇ ਗਏ ਆਪਣਾ ਸਿਵਲ, ਅਤੇ ਫਿਰ ਜਿੱਦਾਂ ਹੀ ਮੈਂ ਘਰੇ ਆਇਆ ਇੱਧਰ ਖੜਾ ਹੋਇਆ, ਚਾਰ ਭਰਾ ਜਿਹੜੇ ਸੀਗੇ ਮੇਰੇ ਫੈਮਿਲੀ ਦੇ ਉਹ ਖੜੇ ਸੀਗੇ ਆਪਾਂ, ਅਤੇ ਉਹ ਉੱਧਰੋਂ ਗਾਲਾਂ ਕੱਢਣ ਲੱਗੀ ਹੋਈ ਹੈ। ਫਿਰ ਜਾ ਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖੋ ਅੱਜ ਕੱਲ੍ਹ ਦੇ ਅਸੀਂ ਨਹੀਂ ਸੁਣਦੇ, ਠੀਕ ਹੈ, ਅਤੇ ਉਹਨਾਂ ਦੇ ਘਰੇ ਗਏ, ਮੈਂ ਕਿਹਾ ਤੁਸੀਂ ਆਪਣਾ ਭਰਾ ਕੋਈ ਅੱਗੇ ਕਰ ਦਿਓ ਜਾਂ ਆਪਣੇ ਘਰ ਦੇ ਜਵਾਈ ਅੱਗੇ ਕਰ ਦਿਓ ਜਿਹੜੇ ਹੈਗੇ ਆ, ਉਹਨਾਂ ਨਾਲ ਗੱਲ ਕਰਾਂਗੇ ਅਸੀਂ, ਜਨਾਨੀਆਂ ਨਾਲ ਗੱਲ ਨਹੀਂ ਕਰਨੀ, ਇਹ ਗੱਲ ਉਹਨਾਂ ਨੇ ਆਪ ਕਹੀ ਹੋਈ ਹੈ ਲਾਈਫ 'ਚ, ਠੀਕ ਆ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਉਹ ਕਹਿੰਦੀ ਕਿ ਜੀ ਸਾਡੇ ਘਰ ਦੇ ਅੰਦਰ ਆ ਕੇ ਕੁੱਟਿਆ ਵਾ ਜੋ ਵੀ ਆ,
ਉਹਨਾਂ ਨੂੰ ਕਹਿ ਦਿਓ ਵੀਡੀਓ ਪ੍ਰੂਫ ਕਰ ਦੇਣਗੇ ਅਸੀਂ ਘਰ ਦੇ ਅੰਦਰ ਵੜੇ ਹਾਂ, ਅਸੀਂ ਕੱਪੜੇ ਪਾੜਨ ਦੀ ਵੀਡੀਓ ਦਿਖਾ ਦੇਣ ਸਾਡੀ। ਲੇਕਿਨ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਮੁੰਡਾ ਡਰ ਗਿਆ ਸੀ ਇਸ ਕਰਕੇ ਵੀਡੀਓ ਨਹੀਂ ਬਣਾਈ, ਮਤਲਬ ਤੁਸੀਂ ਅੰਦਰ ਨਹੀਂ ਵੜੇ? ਅੰਦਰ ਨਹੀਂ ਵੜੇ ਸਰ ਅਸੀਂ, ਨਹੀਂ ਤੁਸੀਂ ਕੱਪੜੇ, ਕੋਈ ਪ੍ਰੂਫ ਹੀ ਨਹੀਂ ਹੈ, ਕੋਈ ਗਲੀ ਵਾਲਾ ਕਹਿ ਦੇ ਕਿ ਅਸੀਂ ਅੰਦਰ ਵੜੇ ਹਾਂ। ਤੇ ਉਹ ਕੱਪੜੇ ਜਿਹੜੇ ਫੜੇ ਨੇ, ਕੱਪੜੇ ਫਾੜੇ ਉਹਨਾਂ ਨੇ ਆਪ ਫਾੜੇ ਆ। ਤੁਸੀਂ ਇਸੇ ਇਲਾਕੇ ਦੇ ਹੋ, ਮੋਦਵਾਰ ਬੰਦੇ ਹੋ, ਇਸ ਮਾਤਾ ਵਿਚਾਰੀ ਦੇ ਕੀ ਹਾਲਾਤ ਕੀਤੇ ਹੋਏ ਨੇ, ਉਮਰ ਵੀ ਦੇਖੀ ਜਾਵੇ। ਅਸੀਂ ਇਹਨਾਂ ਨੂੰ ਨਾ ਘੱਟੋ ਘੱਟ ਜ਼ਿਆਦਾ ਨਹੀਂ 15 ਸਾਲ ਤੋਂ ਜਾਣਦੇ ਹਾਂ, ਕਦੇ ਲੜਾਈ ਝਗੜਾ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੁਣੀ। ਇਹਨਾਂ ਦੇ ਘਰ ਸਮਰਸੀਅਲ ਬੋਰ ਆਂਢ ਗੁਆਂਢ ਮੁਹੱਲਿਆਂ ਦਾ ਵੀ ਇਹ ਸਾਥ ਦਿੰਦੇ, ਕਈ ਵਾਰੀ ਦੇਖਿਆ ਅਸੀਂ ਤਾਂ ਇਹ ਗੱਲੋਂ ਸੁਣੀ ਆ, ਕਈ ਲੋਕਾਂ ਦਾ ਜੇ ਨਹੀਂ ਚਾਰ ਪੈਸੇ ਹੁੰਦੇ ਆਪਦੇ ਘਰੋਂ ਆਪਦੀ ਦੇ ਕੇ ਅਗਲੇ ਦਾ ਸਾਥ ਕਰਦੀ ਹੈ, ਪਰ ਕੋਈ ਇਹੋ ਜਿਹੀ ਗੱਲਬਾਤ ਦੇਖੀ ਨਹੀਂ ਜਿਸ ਤਰ੍ਹਾਂ ਇਹਦੇ ਨਾਲ ਕੁੱਟ ਮਾਰਦਾ ਕੀ ਤਰ੍ਹਾਂ ਸਾਡੇ ਸਾਹਮਣੇ ਆਇਆ। ਸਾਨੂੰ ਮੁੰਡੇ ਦਾ ਫੋਨ ਗਿਆ, ਪਰ ਮੈਂ ਬੋਰ ਕਰਦਾ ਪਿਆ ਸੀ, ਕੱਲ੍ਹ ਆ ਨਹੀਂ ਸਕਿਆ, ਫਿਰ ਮੈਂ ਅੱਜ ਆਇਆ। ਪਰ ਇਹ ਤਾਂ ਬਹੁਤ ਧੱਕਾ ਵੀ ਉਹ ਵਿਚਾਰੀ, ਉਹਦਾ ਕੀ ਕਸੂਰ ਆ ਵਿਚਾਰੀ ਦਾ, ਇੰਨੀ ਉਮਰ ਦੀ ਆ, ਫਿਰ ਦੇਖਣਾ ਚਾਹੀਦਾ ਮਾਰਨ ਕੁੱਟ ਤੋਂ। जब मार रहे थे तब तो हम घर में थे, जब हम आए तो इनको दांत काटा हुआ देखे, बाल बूल पूरा खिलरा हुआ देखे, तो आंटी चिल्ला रही थी काफी, गोद में एक छोटा बच्चा भी था, तो हम लोगों ने इनको अंदर लेके गए। अंदर ले जाके हम लोगों ने यही कहा कि क्या कहता है, आप पहले पुलिस कंप्लेन कराओ आंटी, क्योंकि घर में कोई नहीं था, सिर्फ अकेले यही थी। तब हम लोगों ने इनको कहा कि आप पुलिस कंप्लेन कराओ आंटी, फिर जाके जो होगा उन्होंने खुद कार्रवाई करना था। पुलिस स्टेशन गए थे आंटी, शायद इनको सिविल भेज दिया था, है ना आंटी, सिविल भेज दिए थे चौकी जाने के बाद, सिविल से आए तो फिर यही सब है। कितनी गुंडागर्दी हुई यहाँ पे इनको? यहाँ पर देखिए सर, यहाँ पर बच्चे लेके बैठी थी, मैं इधर दूध लेने गई तो देखी कि बैठी, हाँ ये आंटी बैठी थी। इसके बाद उधर से आए तो हल्ला चीखा बिखी सुनाया, तो बली के पास हम थे, दौड़ के दूध ले ही आए तो कोई ऐसे चोटियाँ पकड़ के नवा के यहाँ मार रहा है, कोई कुछ कर रहा है। ये बच्चे को ली थी, वो मुस्लिम का बच्चे हैं, परवेश का, खिला रही थी। अब तो ये बच्चा छोड़ती है तो बच्चा का भाई कुछ हो सकता है, और अपने अकेला करेगी का? वो चार पाँच जनानियाँ थी और उनकी एक लड़का था, ये लोग सारे हैं। और रिपोर्टर में कहती है कि बच्चे लोग मैंने इनसे डरते हैं गली के लोग, क्या ये आपको आदमखोर दिखाई पड़ रही है? माता जी ਤੁਹਾਡੇ ਉੱਤੇ ਇੰਨੇ ਇਲਜ਼ਾਮ ਲਗਾਏ, ਲੇਕਿਨ ਇਹ ਚੀਜ਼ ਸੱਚ ਕਿਉਂ ਨਹੀਂ ਦਿਖਾਈ? ਅਸੀਂ ਸੱਚ ਇਸ ਕਰਕੇ ਦਿਖਾਵਾਂਗੇ ਕਿਉਂਕਿ ਤੁਹਾਡੇ ਨਾਲ ਜਾਤੀ ਹੋਈ ਹੈ, ਤੁਸੀਂ ਮੇਰੀ ਮਾਂ ਦੇ ਸਮਾਨ ਹੋ, ਮੇਰੀ ਦਾਦੀ ਦੇ ਸਮਾਨ ਹੋ, ਕੀ ਇਨਸਾਫ ਚਾਹੁੰਦੇ ਤੁਸੀਂ? ਕੀ ਇਨਸਾਫ ਚਾਹੁੰਦੇ ਹਾਂ ਕਿ ਜੋ ਇਹ ਗਲਤ ਹੋਇਆ ਇਸ ਤਰ੍ਹਾਂ ਇਨਸਾਫ ਚਾਹੀਏ? ਪਹਿਲੇ ਇੱਕ ਇਹ ਦੱਸੋ ਕਿ ਕੋਈ ਮਾਂ ਬੱਚਾ ਆਪਣੀ ਮਾਂ ਨੂੰ ਮਾਰਦਿਆਂ ਦੇਖ ਸਕਦਾ? ਕੋਈ ਵੀ ਮਾਂ ਆਪਣੇ ਬੱਚੇ ਨੂੰ ਮਾਰਦਿਆਂ ਨਹੀਂ ਦੇਖ ਸਕਦੀ, ਲੇਕਿਨ ਮੈਂ ਇੱਕ ਦਾਦੀ ਹਾਂ, ਮਾਂ ਨਹੀਂ ਹੁੰਦੀ ਦਾਦੀ ਹਾਂ, ਅਤੇ ਸਰ ਹੁਣ ਮੈਨੂੰ ਇਹ ਨਜਾਇਜ਼ ਧੱਕਾ ਕਰਦੀਆਂ, ਮੇਰੇ ਨਾਲ ਗਾਲਾਂ ਗਲੋਸ ਕਰਦੀਆਂ, ਇਹਦੇ ਮੁੰਨ ਦਬਾਅ ਪਾਉਂਦੀਆਂ, ਹਾਂਜੀ ਮੇਰੇ 'ਤੇ ਦਬਾਅ ਪਾਉਂਦੀਆਂ, ਮੈਂ ਇਹਨਾਂ ਕੋਲੋਂ ਪੈਸੇ ਵੀ ਲੈਣੇ ਆ, ਮੈਨੂੰ ਦੇ ਮੰਗਦੀਆਂ ਅਤੇ ਮੇਰੇ ਨਾਲ ਆ ਝਗੜਾ ਜੇ। ਬਿਲਕੁਲ, ਇਹ ਰਾਮਨਗਰ ਗਲੀ ਨੰਬਰ 8 ਦੇ ਵਿੱਚ ਆ, ਬਜ਼ੁਰਗ ਮਾਤਾ ਤੁਸੀਂ ਦੇਖ ਰਹੇ ਹੋ, ਜੋ ਤਸਵੀਰ ਮਾਤਾ ਇਹ ਤੁਹਾਨੂੰ ਦਿਖਾਈ ਜਾ ਰਹੀ ਹੈ, ਇਹ ਘਰ ਦੀ ਤਸਵੀਰ ਜੋ ਨਾਲ ਦੀ ਨਾਲ ਜਿਹੜੀ ਚੱਲ ਰਹੀ ਹੈ, ਇਹ ਮਾਤਾ ਦਾ ਇੱਕ ਛੋਟਾ ਜਿਹਾ ਕਰਿਆਨੇ ਦੀ ਦੁਕਾਨ ਹੈ। ਇਹ ਤੁਹਾਨੂੰ ਮੈਂ ਕਰਿਆਨੇ ਦੀ ਦੁਕਾਨ ਦਿਖਾਵਾਂਗਾ ਜ਼ਰੂਰ, ਕਿ ਜਿੱਥੋਂ ਦੀ ਸਿਰਫ ਆਪਣਾ ਪਾਲਣ ਪੋਸ਼ਣ ਕਰਦੇ ਨੇ, ਕਿ ਗੁਜ਼ਾਰਾ ਕਰਦੇ ਨੇ, ਛੋਟੀ ਦੁਕਾਨ ਹੈ ਸਿਰਫ, ਕਿ ਜਿਹਦੇ ਵਿੱਚ ਸਮਾਨ ਬਹੁਤ ਘੱਟ ਹੈ। ਇਸ ਮਾਤਾ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਕੇ ਬੈਠੇ ਹੋਏ ਨੇ, ਲੇਕਿਨ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਇੱਕ ਘਰ ਹੈ ਜਿੱਥੇ ਇਹਨਾਂ ਦੇ ਨਾਲ ਲੜਾਈ ਝਗੜਾ ਜਿਹੜਾ ਕੀਤਾ ਗਿਆ, ਉਹ ਪੀਲਾ ਘਰ ਤੁਹਾਨੂੰ ਦਿਖਾ ਰਹੇ ਹਾਂ, ਉਸ ਉਹਨਾਂ ਦੇ ਬਿਆਨ ਵੀ ਸਾਡੇ ਕੋਲ ਹੈਗੇ ਨੇ, ਅਸੀਂ ਬਿਆਨ ਉਹਨਾਂ ਲਿੱਤੇ ਨੇ। ਲੇਕਿਨ ਜੋ ਇਸ ਮਾਤਾ ਦੇ ਨਾਲ ਹੋਇਆ, ਕਿ ਪੁਲਿਸ ਜਿਹੜੀ ਹੈ ਇਹਨਾਂ ਨੂੰ ਇਨਸਾਫ ਦੇਵੇਗੀ, ਕਿਉਂਕਿ ਪੁਲਿਸ ਨੂੰ ਵੀ ਚਾਹੀਦਾ ਕਿ
ਪੁਲਿਸ ਨੂੰ ਵੀ ਚਾਹੀਦਾ ਕਿ ਇਸ ਬਜ਼ੁਰਗ ਮਾਤਾ ਦੀ ਕਿਤੇ ਨਾ ਕਿਤੇ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਬਜ਼ੁਰਗ ਮਾਤਾ ਨੇ ਜੋ ਅਸਲੀਅਤ ਦੱਸੀ ਹੈ ਕਿ ਉਸ ਬੱਚੇ ਨੇ ਅਸਲੀਅਤ ਦੱਸੀ, ਜੋ ਮਾਤਾ ਦੇ ਹਾਲਾਤ, ਬਾਹਾਂ ਦੇ ਹਾਲਾਤ ਦਿਖਦੇ ਪਏ ਨੇ, ਉਹ ਹਾਲਾਤਾਂ ਤੋਂ ਤਾਂ ਇਹ ਪਤਾ ਲੱਗਦਾ ਕਿ ਇੱਕ ਬਜ਼ੁਰਗ ਮਾਤਾ ਦੇ ਉੱਤੇ ਕਿੰਨੇ ਕੁ ਲੋਕ ਭਾਰੀ ਪੈ ਗਏ ਹੋਣੇ, ਕਿ ਇੱਦਾਂ ਤਾਂ ਨਹੀਂ ਇੱਕ ਮਾਂ ਦਰਦ ਜ਼ਾਹਿਰ ਕਰ ਸਕਦੀ ਕਿ ਉਸਦੇ ਨਾਲ ਕਿੰਨਾ ਕੁ ਸੰਤਾਪ ਉਹਨੇ ਝੇਲਿਆ ਵੈ, ਲੇਕਿਨ ਉਹ ਸੰਤਾਪ ਝੱਲਣ ਤੋਂ ਬਾਅਦ ਹੁਣ ਦੇਖਦੇ ਹਾਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਲੁਧਿਆਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ। ਸਰ, ਇੱਕ ਰਾਮਨਗਰ 8 ਨੰਬਰ ਗਲੀ 'ਚ ਲੜਾਈ ਹੋਈ ਹੋਣੀ ਵੀਰਵਾਰ ਨੂੰ, ਕੀ ਮਾਮਲਾ, ਕੀ ਜਿਹੜੀ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ? ਉਹ ਭਾਜੀ ਬਜ਼ੁਰਗ ਮਾਤਾ ਆਈ, ਮਾਤਾ ਦੀ ਪਹਿਲਾਂ ਬੈਠੀ ਸੀ ਉੱਥੇ ਬਰੂਆਂ 'ਚ ਜੀ, ਠੀਕ ਹੈ, ਉੱਥੇ ਗਈਆਂ ਸੀ, ਕੁੜੀ ਲੰਘੀ ਆ ਜੀ, ਕੋਈ ਇਹਨਾਂ ਦੋਨਾਂ ਵਿੱਚ ਕੋਈ ਗੱਲਬਾਤ ਹੋਈ ਉੱਦਾਂ ਹੀ ਜੀ, ਕੋਈ ਇਹਨਾਂ ਦੀ ਆਪਸ 'ਚ ਪਹਿਲੇ ਵੀ ਰੰਜਿਸ਼ ਚੱਲਦੀ ਸੀ ਜੀ, ਉਹ ਮਾਤਾ ਨੇ ਕੋਈ ਕਿਹਾ ਹੋਣਾ ਜਾਂ ਉਹਨੇ ਕੁੜੀ ਨੇ ਕਿਹਾ ਹੋਣਾ, ਕੁੜੀ ਚੱਲ ਗਈ ਘਰ ਜੀ, ਜੇ ਮਾਤਾ ਨੇ ਕਿਹਾ ਹੋਣਾ ਕੁਛ ਜੀ, ਜੋ ਕੁੜੀ ਘਰ ਗਈ, ਘਰ ਆਪਣੀ ਭੈਣ ਤੇ ਮਾਤਾ ਨੂੰ ਨਾਲ ਲੈ ਕੇ ਜੀ ਮਾਈ ਨੂੰ ਦੇਤਾ ਜੀ, ਠੀਕ ਹੈ, ਮਾਈ ਨੂੰ ਕੁੱਟਦਾ, ਮਾਈ ਦੇ ਸਾਹ ਚੜਾਈ ਫਿਰਦੀ ਸੀ, ਉਹ ਇੱਥੇ ਕੰਪਲੇਨ ਲਿਖਾਣ ਆਈ ਜੀ, ਜਦੋਂ ਇੱਥੇ ਕੰਪਲੇਨ ਲਿਖਾਈ ਤੇ ਮੁੰਡਾ ਉਹਦੀ ਹਾਲਤ ਠੀਕ ਨੀ, ਮੈਂ ਭਾਈ ਪਹਿਲਾਂ ਤੂੰ ਇਹਨੂੰ ਠੀਕ ਕਰ, ਤੂੰ ਬੰਦੇ ਇਹ ਠੀਕ ਹੋ ਜੇ ਪਹਿਲਾਂ ਫੇਰ ਹੀ ਮੈਂ ਕਰ ਦਾਂਗਾ ਜੀ, ਉਹ ਕਹਿੰਦੇ ਨਹੀਂ ਅਸੀਂ ਕੰਪਲੇਨ ਮੈਂ ਲਿਖਾ ਦਊ ਜੀ, ਆਪਾਂ ਕੰਪਲੇਨ ਲੈ ਕੇ ਹੋਸਪਿਟਲ ਭੇਜਤਾ ਜੀ, ਹੋਸਪਿਟਲ ਤੋਂ ਬਾਅਦ ਉਹਦਾ ਜਿਹੜਾ ਪੋਤਰਾ ਸੀ ਉਹ ਉਹਨਾਂ ਕੁੜੀਆਂ ਨੂੰ ਜਾ ਕੇ ਲੜਾਈ ਕਰ ਆਇਆ ਜੀ, ਠੀਕ ਹੈ, ਲੜਾਈ ਕਰ ਲਿਆ ਉਹਨਾਂ ਨਾਲ, ਉਹ ਕੁੜੀਆਂ ਨੇ ਕੁੜੀਆਂ ਦੇ ਹੱਥੀ ਵੀ ਪਿਆ ਐਵੇਂ ਕਹਿ ਦੀ ਜੀ, ਉਹ ਮੂਵੀ ਜੀ ਬਣਾਈ ਹੋਈ ਹੈ, ਦੇਖਣਾ ਮੁੰਡੇ ਪੁੱਤ ਨੇ ਕਿਹੜੇ ਬੱਚੇ ਨੇ ਬਣਾਈ ਹੈ, ਦੋਨਾਂ ਕੁੜੀਆਂ ਦੇ ਵੀ ਵੱਜੀ ਹੈ ਜੀ, ਵੀਡੀਓ ਚ ਉਹਨਾਂ ਨੇ ਮੈਡੀਕਲ ਕਰਾਇਆ ਵਾ, ਹੁਣ ਮੈਂ ਗਿਆ ਸੀ ਉਹਨਾਂ ਮੌਕੇ ਤੇ, ਮੌਕਾ ਦੇਖਾ ਤੇ ਬੱਚਿਆਂ ਨੂੰ ਮੈਂ ਕਿਹਾ ਭਾਈ ਆਓ ਚੌਂਕੀ ਆਓ, ਉਹ ਬਜ਼ੁਰਗ ਮਾਤਾ ਕਹਿੰਦੀ ਮੈਂ ਤਾਂ ਭਾਈ ਮੇਰਾ ਤੇ ਮੈਂ ਤਾਂ ਠੀਕ ਨੀ ਹੈ ਜੀ, ਮੈਂ ਠੀਕ ਹੋਊਂਗੀ ਫੇਰ ਆਊਂਗੀ, ਚਾਹੇ ਉਹ ਮੁੰਡਾ ਹੈ, ਬੁੜੀ ਹੈ, ਚਾਹੇ ਉਹ ਜਨਾਨੀ ਹੈ, ਕੋਈ ਵੀ ਹੋਏ, ਚਾਹੇ ਐਨੀਵੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ, ਕਾਰਵਾਈ ਅਮਲ 'ਚ ਆਊਗੀ ਔਰ ਲਿਆਂਦੀ ਜਾਊਗੀ।